ਸਬਸਕ੍ਰਾਈਬ ਟੂ ਆਰ YouTube ਚੈਨਲ, ਪ੍ਰੈਸ ਦ ਬੈਲ ਆਈਕਨ ਟੂ ਗੈਟ ਦ ਲੇਟੈਸਟ ਅਪ। ਸ਼ਿਵਰਾਤਰੀ ਦਾ ਤਿਉਹਾਰ ਜਿੱਥੇ ਪੂਰੀ ਦੁਨੀਆ ਦੇ ਵਿੱਚ ਧੂਮ ਧਾਮ ਦੇ ਨਾਲ ਮਨਾਇਆ ਗਿਆ, ਉੱਥੇ ਹੀ ਇਹ ਤਸਵੀਰਾਂ ਬੇਹੱਦ ਖਾਸ ਰਹੀਆਂ, ਜਿੱਥੇ ਕਿ ਅਜਨਾਲਾ ਦੇ ਮੰਦਿਰ ਵਿੱਚ ਪਿਛਲੇ ਕਈ ਸਾਲਾਂ ਤੋਂ ਸ਼ਿਵਜੀ ਮਹਾਰਾਜ ਜੀ ਦੇ ਭਗਤ ਫਤਿਹਗੜ੍ਹ ਚੂੜੀਆਂ ਵਿਖੇ ਸਥਿਤ ਸ਼ਿਵ ਮੰਦਿਰ ਵਿੱਚ ਮਾਤਾ ਪਾਰਵਤੀ ਜੀ ਦਾ ਪਰਿਵਾਰ ਬਣ ਕੇ ਸ਼ਗਨ ਲੈ ਕੇ ਪਹੁੰਚਦੇ ਨੇ। ਉਸ ਤੇ ਚੱਲਦਿਆਂ ਜਨਾਲਾ ਤੋਂ ਸ਼ਿਵ ਭਗਤਾਂ ਦਾ ਇੱਕ ਜੱਥਾ ਭੋਲੇ ਸ਼ੰਕਰ ਭਗਵਾਨ ਦੇ ਜੈਕਾਰਿਆਂ ਦੇ ਨਾਲ ਫਤਿਹਗੜ੍ਹ ਚੂੜੀਆਂ ਲਈ ਰਵਾਨਾ ਹੋਇਆ, ਜਿੱਥੇ ਸ਼ਗਨ ਲਾਉਣ ਤੋਂ ਬਾਅਦ ਫਤਿਹਗੜ੍ਹ ਚੂੜੀਆਂ ਕਸਬੇ 'ਚ ਲੋਕਾਂ ਵੱਲੋਂ ਭਗਵਾਨ ਭੋਲੇ ਸ਼ੰਕਰ ਜੀ ਦੀ ਬਰਾਤ ਕੱਢੀ ਗਈ। ਭੋਲੇ ਸ਼ੰਕਰ ਦਾ ਸੇਵਕ ਅੱਜ ਅਜਨਾਲੇ ਵਿਖੇ ਪਹੁੰਚੇ ਆ। ਸਾਰੇ ਭਗਵਾਨ ਸ਼ਿਵਰਾਤਰੀ ਦਾ ਤਿਉਹਾਰ ਜਿੱਥੇ ਪੂਰੀ ਦੁਨੀਆ ਦੇ ਵਿੱਚ ਧੂਮ ਧਾਮ ਦੇ ਨਾਲ ਮਨਾਇਆ ਗਿਆ, ਉੱਥੇ ਹੀ ਇਹ ਤਸਵੀਰਾਂ ਬੇਹੱਦ ਖਾਸ ਰਹੀਆਂ, ਜਿੱਥੇ ਕਿ ਅਜਨਾਲਾ ਦੇ ਮੰਦਿਰ ਵਿੱਚ ਪਿਛਲੇ ਕਈ ਸਾਲਾਂ ਤੋਂ ਸ਼ਿਵਜੀ ਮਹਾਰਾਜ ਜੀ ਦੇ ਭਗਤ ਫਤਿਹਗੜ੍ਹ ਚੂੜੀਆਂ ਵਿਖੇ ਸਥਿਤ ਸ਼ਿਵ ਮੰਦਿਰ ਵਿੱਚ ਮਾਤਾ ਪਾਰਵਤੀ ਜੀ ਦਾ ਪਰਿਵਾਰ ਬਣ ਕੇ ਸ਼ਗਨ ਲੈ ਕੇ ਪਹੁੰਚਦੇ ਨੇ। ਉਸ ਤੇ ਚੱਲਦਿਆਂ ਜਨਾਲਾ ਤੋਂ ਸ਼ਿਵ ਭਗਤਾਂ ਦਾ ਇੱਕ ਜੱਥਾ ਭੋਲੇ ਸ਼ੰਕਰ ਭਗਵਾਨ ਦੇ ਜੈਕਾਰਿਆਂ ਦੇ ਨਾਲ ਫਤਿਹਗੜ੍ਹ ਚੂੜੀਆਂ ਲਈ ਰਵਾਨਾ ਹੋਇਆ, ਜਿੱਥੇ ਸ਼ਗਨ ਲਾਉਣ ਤੋਂ ਬਾਅਦ ਫਤਿਹਗੜ੍ਹ ਚੂੜੀਆਂ ਕਸਬੇ 'ਚ ਲੋਕਾਂ ਵੱਲੋਂ ਭਗਵਾਨ ਭੋਲੇ ਸ਼ੰਕਰ ਜੀ ਦੀ ਬਰਾਤ ਕੱਢੀ ਗਈ। ਭੋਲੇ ਸ਼ੰਕਰ ਦਾ ਸੇਵਕ ਅੱਜ ਅਜਨਾਲੇ ਵਿਖੇ ਪਹੁੰਚੇ ਆ। ਸ਼ਿਵਰਾਤਰੀ ਦਾ ਤਿਉਹਾਰ ਜਿੱਥੇ ਪੂਰੀ ਦੁਨੀਆ ਦੇ ਵਿੱਚ ਧੂਮ ਧਾਮ ਦੇ ਨਾਲ ਮਨਾਇਆ ਗਿਆ, ਉੱਥੇ ਹੀ ਇਹ ਤਸਵੀਰਾਂ ਬੇਹੱਦ ਖਾਸ ਰਹੀਆਂ, ਜਿੱਥੇ ਕਿ ਅਜਨਾਲਾ ਦੇ ਮੰਦਿਰ ਵਿੱਚ ਪਿਛਲੇ ਕਈ ਸਾਲਾਂ ਤੋਂ ਸ਼ਿਵਜੀ ਮਹਾਰਾਜ ਜੀ ਦੇ ਭਗਤ ਫਤਿਹਗੜ੍ਹ ਚੂੜੀਆਂ ਵਿਖੇ ਸਥਿਤ ਸ਼ਿਵ ਮੰਦਿਰ ਵਿੱਚ ਮਾਤਾ ਪਾਰਵਤੀ ਜੀ ਦਾ ਪਰਿਵਾਰ ਬਣ ਕੇ ਸ਼ਗਨ ਲੈ ਕੇ ਪਹੁੰਚਦੇ ਨੇ। ਉਸ ਤੇ ਚੱਲਦਿਆਂ ਜਨਾਲਾ ਤੋਂ ਸ਼ਿਵ ਭਗਤਾਂ ਦਾ ਇੱਕ ਜੱਥਾ ਭੋਲੇ ਸ਼ੰਕਰ ਭਗਵਾਨ ਦੇ ਜੈਕਾਰਿਆਂ ਦੇ ਨਾਲ ਫਤਿਹਗੜ੍ਹ ਚੂੜੀਆਂ ਲਈ ਰਵਾਨਾ ਹੋਇਆ, ਜਿੱਥੇ ਸ਼ਗਨ ਲਾਉਣ ਤੋਂ ਬਾਅਦ ਫਤਿਹਗੜ੍ਹ ਚੂੜੀਆਂ ਕਸਬੇ 'ਚ ਲੋਕਾਂ ਵੱਲੋਂ ਭਗਵਾਨ ਭੋਲੇ ਸ਼ੰਕਰ ਜੀ ਦੀ ਬਰਾਤ ਕੱਢੀ ਗਈ। ਭੋਲੇ ਸ਼ੰਕਰ ਦਾ ਸੇਵਕ ਅੱਜ ਅਜਨਾਲੇ ਵਿਖੇ ਪਹੁੰਚੇ ਆ। ਸਾਰੇ ਭਗਵਾਨ ਸ਼ਿਵਰਾਤਰੀ ਦਾ ਤਿਉਹਾਰ ਜਿੱਥੇ ਪੂਰੀ ਦੁਨੀਆ ਦੇ ਵਿੱਚ ਧੂਮ ਧਾਮ ਦੇ ਨਾਲ ਮਨਾਇਆ ਗਿਆ, ਉੱਥੇ ਹੀ ਇਹ ਤਸਵੀਰਾਂ ਬੇਹੱਦ ਖਾਸ ਰਹੀਆਂ, ਜਿੱਥੇ ਕਿ ਅਜਨਾਲਾ ਦੇ ਮੰਦਿਰ ਵਿੱਚ ਪਿਛਲੇ ਕਈ ਸਾਲਾਂ ਤੋਂ ਸ਼ਿਵਜੀ ਮਹਾਰਾਜ ਜੀ ਦੇ ਭਗਤ ਫਤਿਹਗੜ੍ਹ ਚੂੜੀਆਂ ਵਿਖੇ ਸਥਿਤ ਸ਼ਿਵ ਮੰਦਿਰ ਵਿੱਚ ਮਾਤਾ ਪਾਰਵਤੀ ਜੀ ਦਾ ਪਰਿਵਾਰ ਬਣ ਕੇ ਸ਼ਗਨ ਲੈ ਕੇ ਪਹੁੰਚਦੇ ਨੇ। ਉਸ ਤੇ ਚੱਲਦਿਆਂ ਜਨਾਲਾ ਤੋਂ ਸ਼ਿਵ ਭਗਤਾਂ ਦਾ ਇੱਕ ਜੱਥਾ ਭੋਲੇ ਸ਼ੰਕਰ ਭਗਵਾਨ ਦੇ ਜੈਕਾਰਿਆਂ ਦੇ ਨਾਲ ਫਤਿਹਗੜ੍ਹ ਚੂੜੀਆਂ ਲਈ ਰਵਾਨਾ ਹੋਇਆ, ਜਿੱਥੇ ਸ਼ਗਨ ਲਾਉਣ ਤੋਂ ਬਾਅਦ ਫਤਿਹਗੜ੍ਹ ਚੂੜੀਆਂ ਕਸਬੇ 'ਚ ਲੋਕਾਂ ਵੱਲੋਂ ਭਗਵਾਨ ਭੋਲੇ ਸ਼ੰਕਰ ਜੀ ਦੀ ਬਰਾਤ ਕੱਢੀ ਗਈ। ਭੋਲੇ ਸ਼ੰਕਰ ਦਾ ਸੇਵਕ ਅੱਜ ਅਜਨਾਲੇ ਵਿਖੇ ਪਹੁੰਚੇ ਆ। ਸਾਰੇ ਭਗਵਾਨ ਸ਼ਿਵ